ਏ ਆਕਾਸ਼ਵਨੀ ਜੰਮੂਆ ਸੰਜਾ ਖਬਰੇ ਚ ਤੁਹਾਨੂੰ ਦਾ ਸਵਾਗਤ ਪਹਿਲੇ ਖਾਸ ਖਾਸ ਖਬਰੇ ਕਰਨੇ ਮੈਂ ਪੂਨਮ ਡੋਗਰਾ कल शुरुआत दे संसद दे सियाले वाले اجلاس కుల پہلے ਸਰਕਾਰਏ ਅੱਜ ਸਪਣੇ ਪਾਰਟੀਆਂ ਦੀ ਇੱਕ ਬੈਠਕ ਸੱਦੀ ਤੇ ਸੰਸਦ ਦੀ ਕਾਰਵਾਈ ਦੀ ਈਮਾਨਦਾਰੀ ਤੇ ਵਿਵਸਥਾ ਲੈ ਟੰਗਾ ਸਿਸ ਚਲਾਣੇ ਚ ਵਿਪੱਖਸ਼ ਦਾ ਸਹਿਯੋਗ ਮੰਗਿਆ ਭਾਰਤ ਨੇ ਇੱਕ ਪਰਿਪਰਤੀ ਆਖਿਆ ਜੇ ਅਤੰਗਵਾਦ ਕੀ ਦਨਾ ਬਰਦਾਸ਼ਤ ਨਾ ਕਰਨੇ ਲਈ ਨੀਤੀ ਅਪਣਾਈਏਗੇ ਆਰਾਇਆ ਜਾ ਸਕਦਾ ਹੈ ਸੰਯੁਕਤ ਰਾਸ਼ਟਰ ਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚੀਰਾ ਕੰਬੋਜ਼ੋਰੇ ਅਤੰਗਵਾਦ ਕੀ ਸਹਿਯੋਗ ਸਮਰਥਨ ਤਰਪੇ ਆਪਹਾ ਉਪਲਬਧ ਕਰਾਣੇ ਵਾਲੇ ਦਿਨ ਨਕੀਲ ਕਸਨੇ ਪਰ ਪਿਛੋਰ ਦਿੱਤਾ ਡੋਡਾ ਚ ਮਾਈ ਟਾਊਨ ਮਾਈ ਪ੍ਰਾਈਡ ਮੁਹਿੰਮ ਦਾ ਸਮਾਪਨ ਮਹਿਕਮਾ ਬਿਜਲੀ ਦੇ ਪ੍ਰਧਾਨ ਸਚਿਵ ਹੋਰੇ ਟਰੱਕ ਅੱਡੇ ਦਾ ਉਦਘਾਟਨ ਕੀਤਾ ਰੁੱਖ ਬੂਟੇ ਲਾਣੇ ਤੇ ਅਭਿਆਨ ਦੀ ਸ਼ੁਰੂਆਤ ਕੀਤੀ ਤੇ ਸ਼ਹਿਰੀ ਮਕਾਮੀ ਨਿਕਾਇਆਂ ਦੇ ਮੈਂਬਰਾਂ ਗਨ ਵੀ ਗੱਲਬਾਤ ਹੋਈ ਸਮੂਲ ਚਾ ਮੁਲਖ ਅੱਜ ਭਾਰਤ ਰਤਨ ਬਾਬਾ ਸਾਹਿਬ ਭੀਮ ਰਾਵ ਅੰਬੇਡਕਰ ਹੋ ਰਹੀਂਗੀ ਉਹਦੇ ਮਹਾ ਪਰਿਵਾਰਨ ਦਿਵਸ ਦੇ ਮੌਕੇ ਉੱਪਰ ਚੇਤਾ ਕਰਾਰਦਾ ਹੈ ਤੇ ਆਕਾਸ਼ਵਾਣੀ ਦੇ ਖੇਤਰੀ ਸਮਾਚਾਰ ਇਕਾਂਚ ਜਮੂ ਨੇ ਆਪਣੀ ਸਥਾਪਨਾ ਦੇ ਅੱਜ 50 ਬਰੇ ਪੂਰੇ ਕਰ ਲਿਆ ਤੇ ਨਾ ਖਬਰਾਂ ਦੀ ਤਫਸੀਲ ਕਰਨੇ जगमोहन शर्मा कल शुरू और दे संसद दे सियाले वाले اجلاس ਕੋਲ ਪਹਿਲੇ ਸਰਕਾਰ ਅਸਿਆ ਅਜ ਨਵੀਂ ਦਿੱਲੀ ਜ ਸੰਸਦ ਭਵਨ ਪਰਿਸਰ ਚ ਸਭ ਨੇ ਪਾਰਟੀਆਂ ਦੀ ਇੱਕ ਬੈਠਕ ਸੱਦੀ ਗਈ ਰੱਖਿਆ ਮੰਤਰੀ ਰਾਜਨਾਥ ਸਿੰਘ ਸੰਸਦੀ ਮਾਮਲੇ ਦੇ ਮੰਤਰੀ ਪ੍ਰਹਲਾਦ ਜੋਸ਼ੀ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਤੇ ਬੀ ਮੁਰਲੀ ਧਰਨ ਵੀ ਇਸ ਬੈਠਕਾ ਸ਼ਾਮਿਲ ਹੋਏ कांग्रेस डीएमके तृणमूल कांग्रेस एनसीपी सने और कई सियासी पार्टियों के नुमाइंदे इस बैठक हिस्सा लैत बैठक के बाद संसदीय मामलों मंत्री प्रहलाद जोशी होने दसक आजलास दौरान कुसा भी विषय पर चर्चा करने तैयार है कांग्रेसी नेता अधीर रंजन सरकार अग्न अपील की स्यलै इस इजलास दौरान बषयों पर तफसली बहस कराई जाने मंग की थी बेरोजगारी महंगाई ਭਾਰਤ ਚੀਨ ਬੰਨੇ ਪਰ ਬਣੀ ਦੀ ਸਥਿਤੀ ਤੇ ਕਰਸਾਨੇ ਲਈ ਘਟੋ ਘਟ ਸਮਰਥਨ ਮੁੱਲ ਜਨੇ ਵਿਸ਼ੇ ਪਰ ਚਰਚਾ ਕੀਤੀ ਜਾਣੀ ਲੋੜ ਸੀ ਬੈਠਕਾਂ 'ਚ ਸੰਸਦੀ ਕਾਰਵਾਈ ਸੁਚਾਰੂ ਢੰਗ ਨਾਲ ਚਲਾਣੇ ਆਸਤੇ ਸਭ ਨੇ ਦਲਾਂ ਦਾ ਸਹਿਯੋਗ ਮੰਗਿਆ ਗਿਆ ਇਹ ਜਲਾਸ 7 ਦਸੰਬਰ ਯਾਨੀ ਕੱਲ੍ਹ ਹੈ ਥਮਾ 29 ਦਸੰਬਰ ਤੋੜੀ ਚਲੋਗ ਤੇ ਤ੍ਰੇਹੀਂ ਦਿਨ ਦੇ ਇਸ ਇਜਲਾਸ ਦੌਰਾਨ ਕੁੱਲ 17 ਬੈਠਕਾਂ ਹੋਣਗੀਆਂ संयुक्त राष्ट्र च भारत दी प्रतिनिधि रुचिरा कंबोज जे आतंकवाद अजें भी एक कुल संसारी चुनौती बने आख्या सारे मुल्क आसया सौरा पर आतंकवाद की दना बर्दाश्त नहीं करने दी नीति अपनाइए इसी हराया जाता है भारतीय प्रतिनिधि होर छब्बी यारे मुंबई आतंकी हमले का जिक्र करते हुए आख्या भारत का मनना है जे आतंकवाद खिलाफ किट रलिए सझे तौरा पर लड़ाई लड़ने के धैये का भरोसा ਤਾਂ ਕਿ ਮਜ਼ਬੂਤ ਹੋ ਸਕਦਾ ਹੈ ਜਿਸ ਲਈ ਆਸ ਆਤੰਕਵਾਦੀਆਂ ਸਿਆ ਕੀਤੇ ਗਏ ਖਤਰਨਾਕ ਤੇ ਗੈਰ ਮਨੁੱਖੀ ਕੰਮੇ ਤੇ ਵਾਰਦਾਤਾਂ ਲਈ ਜਵਾਬਦੇਹੀ ਕੀ ਯਕੀਨੀ ਬਣਾ ਚਾਹ ਤੇ ਉਹਦੇ ਖਿਲਾਫ ਸਖਤ ਕਾਰਵਾਈ ਕਰ ਚਾਹ ਉਹਨੇ ਆਤੰਕਵਾਦ ਕੀ ਸਹਿਯੋਗ ਦੇਣੇ ਇਹਦਾ ਸਮਰਥਨ ਕਰਨੇ ਤੇ ਇਹਦੇ ਲਈ ਰੁਪਿਆ ਪੈਸਾ ਉਪਲਬਧ ਕਰਵਾਉਣੇ ਵਾਲੇ ਖਿਲਾਫ ਸਖਤ ਕਾਰਵਾਈ ਦੀ ਵੀ ਮੰਗ ਕੀਤੀ ਕਸ਼ਮੀਰ ਕਾਂਟ ਦੇ ਸ਼ੋਪੀਆ ਜ਼ਿਲ੍ਹੇ ਚ ਸੁਰੱਖਿਆ ਬਲਾਂ ਨੇ ਅੱਜ ਇੱਕ ਆਈ.ਈ.ਡੀ. ਵਿਸਫੋਟਕ ਦੀ ਸਮੇਂ ਸਿਰ ਨਿਕਾਰਾ ਕਰਕੇ ਕੁਝ ਵੱਡੀ ਵਾਰਦਾਤ ਕੀ ਟਾਲ ਦਿੱਤਾ। ਇਹ ਆਈ.ਈ.ਡੀ. ਵਿਸਫੋਟਕ ਸ਼ੋਪੀਆ ਦੇ ਸ਼ਰਮਲ ਇਲਾਕੇ ਥਾਂ ਬਰਾਮਦ ਕੀਤੀ ਗਈ। ਇਲਾਕੇ ਚ ਵਿਸਪੋਟਕੋਨ ਦੀ ਜਾਣਕਾਰੀ ਧੋਣੇ ਪਰ ਸੁਰੱਖਿਆ ਬਲੇ ਪੂਰੇ ਇਲਾਕੇ ਕੀ ਕੇਰੀ ਲੋਕਾਂ ਕੀ ਦੂਰ ਕਰ ਦਿੱਤਾ ਤੇ ਬੰਬ ਨਕਾਰਾ ਕਰਨ ਵਾਲੇ ਦਸਤੇ ਨੇ ਤੁਰਤ ਕਾਰਵਾਈ ਕਰਦੇ ਹੋਈ ਬੜੇ ਗੁਰ ਸੁਰੱਖਿਟ ਟੰਗ ਨੇ ਸਿੰਨ ਨਕਾਰਾ ਕਰ ਦਿੱਤਾ ਪਿਛਲੇ 15 ਦਿਨਾਂ ਚ ਸ਼ੋਪਿਆ ਜ਼ਿਲ੍ਹੇ ਚ ਦੋਈ ਪਾਰੀ ਆਈਈਡੀ ਬਰਾਮਦ ਕੀਤੀ ਗਈ ਹੈ ਇਹ ਤਾਂ ਸ਼ਾਇਦ ਪਹਿਲੇ 5 ਨਵੰਬਰ ਕੀ ਵੀ ਜ਼ਿਲ੍ਹੇ ਦੇ ਇਮਾਮ ਸਾਹਿਬ ਇਲਾਕੇ ਚ ਪੁਲਿਸ ਤੇ ਫੌਜ ਦੀ 44 ਰਾਸ਼ਟ੍ਰ ਰਾਈਫਲਸ ਨੇ ਇੱਕ ਕੁੱਕਰ ਚ ਫਿਟ ਕਰੀਏ ਰੱਖੀ ਕੀਦੀ ਆਈਈਡੀ ਬਰਾਮਦ ਕਰੀਏ ਉਸੇ ਨਕਾਰਾ ਕਰ ਦਿੱਤਾ ਹਾ डोडा जिले में माई टाउन माय प्राइड मीम के समापन के मौके पर जिले के ने प्रमुख कस्बें शानदार समारोह का समारो सरस्त किया गया डोडा कस्बे महकमा बिजली विकास के प्रधान सचिव एच राजेश प्रसाद जिला विकास कमिश्नर विशेष पाल महाजन डोडा मुंसिपल कमेटी के अध्यक्ष वेद प्रकाश मौजूद हे इस मौके जिले के केपैक्स बजट के बारे चर्चा की गई ਅਕਰਮ ਆਬਾਦ ਇਲਾਕੇ 'ਚ ਇੱਕ ਟਰੱਕ ਕੱਢੇ ਦਾ ਉਦਘਾਟਨ ਕੀਤਾ ਗਿਆ ਰੁੱਖ ਬੂਟੇ ਲਾਣੇ ਦੀ ਮੀਮ ਦੀ ਸ਼ੁਰੂਆਤ ਕੀਤੀ ਗਈ ਤੇ ਕੰਨੇ ਸ਼ਹਿਰੀ ਮਕਾਮੀ ਨਿਕਾਇਨ ਦੇ ਮੈਂਬਰਾਂ ਕੰਨੇ ਗੱਲਬਾਤ ਕਰੀ ਇਹ ਮਕਾਮੀ ਜ਼ਰੂਰਤਾਂ ਤੇ ਕੀਤੇ ਗਏ ਕੰਮੇ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਗਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬਣਾਏ ਗਏ ਦੇ ਮਕਾਨੇ ਦਾ ਗ੍ਰਹਿ ਪ੍ਰਵੇਸ਼ ਤੇ ਉਦਮੀਏ ਲੋਕੇ ਰੇੜੀ ਫੜੀ ਆਲੇ ਤੇ ਹੋਰ ਨੇ ਲਾਭਾਰਥੀਆਂ ਦੀ ਸਰਕਾਰ ਦੀਆਂ ਸਕੀਮਾਂ ਤਹਿਤ ਮਨਜ਼ੂਰੀ ਵਾਲੇ ਪੱਤਰ ਵੀ ਪੇਂਟ ਕੀਤੇ ਗਏ ਮੇਰਾ ਕਸਬਾ ਮੇਰਾ ਮਾਨ ਪ੍ਰੋਗਰਾਮ ਦੇਖੀ ਲੇਤੀਆੜੇ ਬਨਾਲ ਕਸਬੇ ਚ ਦੌਰਾ ਲਾਣੇ ਆਲੇ ਸਟੇਟ ਟੈਕਸਿਸ ਵਿਭਾਗ ਦੇ ਡਿਪਟੀ ਕਮਿਸ਼ਨਰ ਸ਼ਾਹਨਵਾਜ਼ ਅਹਿਮਦ ਸ਼ਾਉਰੇ ਬਾਖਪਕ ਇਲਾਕੇ ਦਾ ਦੌਰਾ ਲਾਈਏ ਕਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਇਸ ਮੌਕੇ ਪਰ ਉਨ੍ਹਾਂ ਨੇ ਕੇਂਦਰ ਪ੍ਰਾਇਜਿਤ ਸਕੀਮੇ ਦੇ ਤਹਿਤ ਲੋਕਾਂ ਭਾਰਤੀਆਂ ਕੀ ਮਕਾਨੇ ਤੇ ਗੱਡੀਆਂ ਦੀਆਂ ਚਾਬੀਆਂ ਦਿੱਤੀਆਂ ਤੇ ਔਰਤੂਆਂ ਨੇ ਗਤੀਵਿਧੀਆਂ ਚ ਵੀ ਸ਼ਿਰਕਤ ਕੀਤੀ ਬਨਾਲ ਦੇ ਬਾਖਪਕ ਸਿੱਖਿਆ ਸੰਸਥਾਨ ਨੇ ਚ ਰੁਖ ਬੂਟੇ ਲਾਉਣ ਦੀ ਮੀਮ ਦੀ ਸ਼ੁਰੂਆਤ ਵੀ ਕੀਤੀਗੇ ਇਸ ਮੌਕੇ ਪਰ ਬੋਲਦੇ ਹੋਏ ਉਨ੍ਹਾਂ ਆਖਿਆ मकान बने थे तो उधर गृह प्रवेश उन लोगों का हो गया जो कंप्लीट हो गए थे उसके बाद जो ना अर्बन लोकल बॉडीज का जो यहाँ पे मेन एक कॉम्प्लेक्स बनने वाला है उसमें हॉल भी है शॉपिंग पार्किंग है तो उसकी फाउंडेशन स्टोन भी आज होगी दूसरा जो नागबल में जो हमारा स्प्रिंग है उसकी जो रिपेयर रिनोवेशन वर्क हो गया तो उसको भी आज हमने इनोगेट कर लिया गवर्नमेंट ऑफिस जैसे हम जैसा के ऑफिस चले गए उधर भी प्लांटेशन की ਉਧਰ ਤੇ ਟੂਰਿਜ਼ਮ ਕਾ ਹੈ ਉਧਰ ਤੇ ਪਲਾਂਟੇਸ਼ਨ ਕਰਦੀ ਹੈ ਤੇ ਹਮਾਰੇ ਗਵਰਨਮੈਂਟ ਆਫਿਸਿਸ ਹੈ ਉਹ ਲੈਂਡ ਜੋ ਅਵੇਲੇਬਲ ਹੈ ਉਧਰ ਤੇ ਪਲਾਂਟੇਸ਼ਨ ਹੋਣੀ ਹੈ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਬਾਲੋਰ ਨੇ ਆਖਿਆ ਕਿ ਜਮਿਦਿਆਸ਼ੀਆਈ ਮੁੱਲਕਾਂ ਨੇ ਮੇਰ ਮਲਾਪ ਬਧਾਨਾ ਭਾਰਤ ਦੀ ਪ੍ਰਮੁੱਖ ਤਰਜੀਹ ਹੈ। ਨਵੀਂ ਦਿੱਲੀ ਚ ਭਾਰਤ-ਮੱਧਏਸ਼ੀਆ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਪਹਿਲੀ ਪਹਿਲੀ ਪੈਟ ਕਾ ਦੇ ਮੌਕੇ ਪਰ ਡੋਬਾਲੋਰ ਨੇ ਆਖਿਆ ਕਿ ਸ਼ਾਂਤੀਪੂਰਨ, ਸੁਰੱਖਿਤ ਤੇ ਸਮਰਿੱਧ ਸੱਗੋਸਾਰ ਮੱਧਏਸ਼ੀਆ ਸਾਡੇ ਸੰਜੇ ਇਤਿਆਜ ਹੈ। ਉਨ੍ਹਾਂ ਆਖਿਆ ਕਿ ਅਤਨਕਵਾਦ ਦੀ ਰੁਪਿਆ ਪਹਿ ਹੁਪਲਬਧ ਕਰਵਾਉਣੇ ਪਰ ਰੋਕ ਲਾਣਾ ਹਰ ਮੁੱਲਕ ਦੀ ਪਹਿਲੀ ਤਰਜੀਹ ਹੋਣੀ ਲੋੜਤੀ। ਉਨ੍ਹਾਂ ਸੰਯੁਕਤ ਰਾਸ਼ਟਰ ਦੇ ਸਭਨੇ ਮੈਂਬਰ ਮੁੱਲਕਾਂ ਕੀ ਆਖਿਆ ਜੋ ਅਤਨਕੀ ਗਤੀਵਿ ਦੀ ਸਮਰਥਨ ਦੇਨੇ ਥਮਾ ਗੁਰੇਸ਼ਕਰਨ ਅਫਗਾਨਿਸਤਾਨ ਦੀ ਮੌਜੂਦਾ ਸੁਰੱਖਿਆ ਸਥਿਤੀ ਬਾਰੇ ਗੱਲ ਕਰਦੀ ਹੋਈ ਅਜੀਤ ਢੁਬਾਲੋ ਨੇ ਆਖਿਆ ਜਿਸਾਰੇ ਸਭ ਨੇ ਲਈ ਇੱਕ ਮਤਵਪੂਰਨ ਮੁੱਦਾ ਹੈ ਭਾਰਤ ਪਹਿਲੀ ਵਾਰੀ ਕਜ਼ਾਕਿਸਤਾਨ ਕਰਗਿਸਤਾਨ ਤਾਜਿਕਿਸਤਾਨ ਤੇ ਉਜ਼ਬੇਕਿਸਤਾਨ ਸਨਮਿਤ ਏਸ਼ੀਆਈ ਮੂਲਕ ਦੇ ਵੱਡੇ ਸੁਰੱਖਿਆ ਅਧਿਕਾਰੀਆਂ ਦੇ ਸੰਮੇਲਨ ਦਾ ਸਿਰਜਣਾ ਕਰਦਾ ਹੈ ਤੇ ਇਸ ਸੰਮੇਲਨ ਅਫਗਾਨਿਸਤਾਨ ਚ ਸੁਰੱਖਿਆ ਸਥਿਤੀ ਤੇ ਉਹਦੇ ਕਾਰਨ ਪੈਦਾ ਹੋਈ ਸਕਣ ਵਾਲੀ ਅਤੰਕੀ ਖਤਰੇ ਕਨੇ ਨਿਭੜਨੇ ਦੇ ਤੌਰ ਤਰੀਕੇ ਤੇ ਉਪਾਏ ਪਰ ਕੇਂਦ੍ਰਿਤ ਹੈ ਜਮੂ ਦੂਰਦਰਸ਼ਨ क्षेत्रीय समाचार एकांश च डोगरी दे कैजुअल समाचार वाचक कॉपी एडिटर वेबसाइट असिस्टेंट एडिटोरियल असिस्टेंट दे कैजुअल पैनल जम्मू संभाग दे चुक के इच्छुक उम्मीदवारों को दरखास्त मे न्यूज एंकर ले, तालीमी काबिलियत कु मानता हासिल यूनिवर्सिटी थमान डिग्री मेंदवार की डोगरी भाषा बोलने लिखने ते पढ़ने च महारत के कन्ोकी प्रसारण जो खरी आवाज ते कैमरे सामने बोलने का सलीका होना चाहता होने श्रेणियों लिए पत्रकारिता डिग्री या डिप्लोमा होना भी लाजमी एतली दरखास्ता 13 दिसंबर 2022 तक लोड्स दे दसा फेजेस समेत इस पते पर दस्ती जमा कराई जा सकती है ना पता है द हेड ऑफ न्यूज़ रीजनल न्यूज़ यूनिट दूरदर्शन केंद्र टालीमोड़ जम्मू इस बारे पूरी जानकारी प्रसार, दी प्रसार भारती की वेबसाइट प्रसारभारती.gov.in पर हासिल की जा सकती है एक खबरात उस आकाशवाणी जम्मूprasunartio बाकी की खबरें करने पूनम डोगरा समूचा राष्ट्र अज भारत रत्न बाबासाहेब भीमराव अम्बेडकर होते में महापरिनिर्वाण दिवस के मौके पर श्रद्धांजलि भेंट करा कर राष्ट्रपति द्रौपदी मुर्मू उपराष्ट्रपति जगदीप धनखड़ प्रधानमंत्री नरेंद्र मोदी और कई सियासी समाजी नेताएं अज बडले नमी दिल्ली च संसद भवन परिसर च डॉ भीमराव अम्बेडकरें श्रद्धांजलि भेंट की लोकसभा ਦੇ ਅਧਿਐਖਾ ਓਮ ਬੇੜਲਾ ਸੰਸਦੀ ਮਾਮਲੇ ਦੇ ਮੰਤਰੀ ਪ੍ਰਲਾਦ ਜੋਸ਼ੀ ਕਾਂਗਰਸ ਨੇਤਾ ਸੋਨੀਆ ਗਾਂਧੀ ਤੇ ਪਾਰਟੀ ਦੇ ਰਾਸ਼ਟਰੀ ਅਧਿਐਖਾ ਮਲਿਕਾ ਅਰਜਨ ਖੜਗੇ ਉਰੇ ਵੀ ਉਹਨੇ 기 ਸ਼ਰਦਾਂਝਲੀ ਪੇਂਟ ਕੀਤੀ ਆਪਣੇ ਸਨੇਹਜੋ ਪ੍ਰਧਾਨ ਮੰਤਰੀ ਮੋਦੀ ਉਰੇ ਆਖਿਆ ਜੇ ਬਾਬਾ ਸਾਹਿਬ ਉਨ ਦੇ ਸੰਘਰਸ਼ ਦੀ ਬਦੌਲਤ ਗੇ ਲੱਖੇ ਕਰੋੜੇ ਲੋਕਾਂ ਦੇ ਅੰਦਰ ਨਵੀਆਂ ਮੇਦਾਂ ਦਾ ਸੰਚਾਰ ਹੋ ਹੈ ਤੇ ਉਨ ਦੇ ਜਤਨੇ ਦੀ ਬਦੌਲਤ ਗੇ ਭਾਰਤ ਕੀ ਐਸਾ ਵਿਆਪਕ ਸੰਵਿਧਾਨਤ ਹੋਆ ਜਿਸ ਕੀ ਕਦੇ ਭੁਲਿਆ ਨਹੀਂ ਜਾ ਸਕਦਾ ਅਜਾ ਕਾਸ਼ਵਨੀ ਜੰਮੂ ਦੇ ਖੇਤਰੀ ਸਮਾਚਾਰ ਇਕਾਂਚ ਨੇ ਆਪਣੇ ਸਥਾਪਨਾ ਦੇ ਕੁੰਜਾ ਬਰੇ ਪੂਰੇ ਕਰੀ ਲਾ ਤੈਨ ਇਹ ਇਕਾਂਚ 6 ਦਸੰਬਰ 1971 ਦੀ ਭਾਰਤ ਪਾਕਿਸਤਾਨ ਯੁੱਧ ਦੀ ਤਣਾਤੋਂ ਦੇ ਦੌਰਾਨ ਵਜੂਦ ਜਾ ਆਇਆ ਹ ਖੇਤਰੀ ਸਮਾਚਾਰ ਇਕਾਂਚ ਨੇ ਸ਼ੜਾ ਜੰਮੂ ਕਸ਼ਮੀਰ ਚਗੇ ਨਈ ਸਗਵਾ ਬੰਨੇ ਪਾਰ ਪਾਕਿਸਤਾਨ ਦੇ ਕਈ ਇਸੇ ਤੇ ਨਜਾਇਜ਼ ਕਬਜ਼ੇ ਵਾਲੇ ਕਸ਼ਮੀਰ ਚ ਵੀ ਬੜੀ ਮਕਬੂਲੀਅਤ ਹਾਸਲ ਕੀਤੀ ਅਕਾਸ਼ਵਾਨੀ ਜੰਮੂ ਦੇ ਖੇਤਰੀ ਸਮਾਚਾਰ ਇਕਾਂਚ ਕੁੰਜਾ ਪਰੇ ਦਾ ਲੰਮਾ ਸਫ਼ਰਤਾ ਕੀਤਾ ਤੇ ਸਮੇਂ-ਸਮੇਂ ਪਰ ਨੇਕਾ ਮੁਸ਼ਕਲیں ਉਤਾਰ-ਚੜਾਪ ਚੁਣੌਤੀਆਂ ਤੇ ਕਦੇ-ਕਦੇ ਮਤੇ ਤਣਾਅ ਦਾ ਵੀ ਸਾਖਸ਼ੀ ਰਿਹਾ 1971 ਦੇ ਭਾਰਤ-ਪਾਕਿਸਤਾਨ ਯੁੱਧ ਦੌਰਾਨ ਬੰਨੇ ਪਾਰਾਂ ਚਲਾਏ ਜਾ ਰਹੇ ਦੇ ਭਾਰਤ ਵਿਰੋਧੀ ਦੁਸ਼ਟ ਪ੍ਰਚਾਰ ਦਾ ਮੁਕਾਬਲਾ ਕਰਨ ਲਈ ਢੋਗਰੀ ਖਬਰਾਂ ਦਾ ਇੱਕ ਬੁਲੇਟਿਨ ਸ਼ੁਰੂ ਕੀਤਾ ਗਿਆ ਜੰਮੂ ਕਸ਼ਮੀਰ ਦੇ ਹਰ ਘਰ 'ਚ ਇਹਨੇ ਖਬਰਾਂ ਅਸਲ ਸਚਾਈ ਤੱਥ ਕਨੇ ਆਪਣੀ ਡੋਗਰੀ ਭਾਸ਼ਾ ਦੀ ਢਾਲ ਬਣਾਇਆ ਤਾਂ ਜੇ ਲੋਕਾਂ ਦੀ ਜ਼ਮੀਨੀ ਹਕੀਕਤ ਦਾ ਪਤਾ ਲੱਗੀ ਸਕੇ ਅੱਜ ਦੀ ਤਰੀਕ 'ਚ ਕੁੱਲ 10 ਬੁਲੇਟਿਨ ਨੇ ਜਿਸ 'ਚ 8 ਖੇਤਰੀ ਡੋਗਰੀ ਤੇ ਗੋਜਰੀ ਬੁਲੇਟਿਨ ਤੇ ਦੋ ਰਾਸ਼ਟਰੀ ਡੋਗਰੀ ਬੁਲੇਟਿਨ ਚਲਾਰਦੇ ਨੇ ਤੇ ਇਕਾਂਚ ਦਾ ਕੰਮ ਲੋਕਾਂ ਦੀ ਮਹਿਲਾਵਾਂ ਸਮਾਜੀ ਨਿਆਂ ਤੇ ਔਰ ਨੇ ਮੁੱਦੇ ਪਰ ਸਿੱਖਿਤ ਤੇ ਉਜਾਗਰ ਬਣਾਣਾ ਹੈ ਸਾਂਬਾ ਦੀਆਂ ਡਿਪਟੀ ਕਮਿਸ਼ਨਰ ਅਨੁਰਾਧਾ ਗੁਪਤਾ ਨੇ ਬਕ-ਬਕ ਵਿਭਾਗਾਂ ਕਨੇ ਮੀਟਿੰਗ ਲਾਈਏ ਨਸ਼ੇ ਦੀ ਤਸਕਰੀ ਕੀ ਖਤਮ ਕਰਨੇ ਸਰਬੰਦੀ ਬਕ-ਬਕ ਪਹਿਲੂਆਂ ਪਰ ਵਿਚਾਰ ਵਿਮਰਸ਼ ਕੀਤਾ ਉਹਨੇ ਡੀਸੀ ਦਫ਼ਤਰ ਦੇ ਕਾਨਫਰੰਸ ਹਾਲ 'ਚ ਐਨ ਕੋਰਟ ਦੀ ਮੀਟਿੰਗ ਦੀ ਪ੍ਰਧਾਨਤਾ ਕੀਤੀ ਇਸ ਦੌਰਾਨ ਮੀਟਿੰਗ 'ਚ ਜਾਣਕਾਰੀ ਦਿੱਤੀ ਗਈ ਕਿ ਪੁਲਿਸ ਨੇ ਨਸ਼ੇ ਦੀ ਤਸਕਰੀ ਤੇ ਨਸ਼ੇੜੀਆਂ ਦੀ ਨਕੇਲ ਕਸਦੇ ਹੋਈ ਨਸ਼ਾ ਵੇਚਣੇ ਵਾਲੇ 25 ਜਣੇ ਗ੍ਰਿਫਤਾਰ ਕੀਤਾ ਹੈ ਡਿਪਟੀ ਕਮਿਸ਼ਨਰ ਹੋ ਰਹੇ ਇਸ ਮੌਕੇ ਨਸ਼ੇ ਦੀ ਲਤ ਨਸ਼ੇ ਦੀ ਤਸਕਰੀ ਤੇ ਨਸ਼ੇ ਦੀ ਕੁਬੈਤ ਕੇ ਰੋਕਣੇ ਕਨੇ ਜੁੜੇ ਦੇ ਹੋਰ ਦੂਏ ਮਸਲੇ ਉੱਪਰ ਵੀ ਚਰਚਾ ਕੀਤੀ ਮੀਟਿੰਗ 'ਚ ਸਰਬੰਧਿਤ ਵਿਭਾਗਾਂ ਤੇ ਅਨਕਾਰਡ ਦੇ ਮੈਂਬਰਾਂ ਦੀ ਬਕ-ਬਕ ਸਤਾ ਉੱਪਰ ਅਸਰਦਾਰ ਗੈਂਪ ਉਠਨੇ ਦੀ ਯਕੀਨੀ ਬਣਾਉਣ ਲਈ ਗਲਾਇਆ ਗਿਆ ਜਿਹਦੇ ਕਰੀ ਨੌਜਵਾਨ ਪੀੜ੍ਹੀ ਨਸ਼ੇ ਦੀ ਕੁਬੈਤ ਹਮਾ ਆਪਣੇ ਆਪਾ ਕੀ ਬਚਾਈ ਸਕੇ ਡਿਪਟੀ ਕਮਿਸ਼ਨਰ ਹੋ ਰਹੇ ਸਭ ਨੇ ਵਿਭਾਗਾਂ ਦੀ ਤਾਲਮੇਲ ਬਣਾਈ ਇਹ ਕੰਮ ਕਰਨ ਲਈ ਆਖਿਆ ਉਹਨੇ ਅਫਸਰਾਂ ਦੀ ਨਿਰਦੇਸ਼ ਦਿੱਤੇ ਜੇ ਜ਼ਿਲ੍ਹੇ ਦੇ ਬਕ-ਬਕ ਸਕੂਲਾਂ ਤੇ ਕਾਲਜਾਂ 'ਚ ਜਾਗਰਤੀ ਕੈਂਪ ਲਵਾਈਏ ਨੌਜਵਾਨ की नशे दे दुष्ट प्रभाव बारे जानकार ਕੀਤਾ ਜਾ ਬਾਬਾ ਸਾਹਿਬ ਡਾਕਟਰ ਬੀਮਰਾਵ ਅੰਬੇਦਕਰ ਉਹਦੇ ਮਹਾਪਰੀ ਨਿਰਵਾਨ ਦਿਵਸ ਦੇ ਮੌਕੇ ਪਰ ਜੰਮੂ ਕਸ਼ਮੀਰ ਬਲੱਡ ਡੋਨਰ ਐਸੋਸੀਏਸ਼ਨ ਕਟੂਆ ਅਸਿਆ ਜੀਐਮਸੀ ਕਟੂਆ ਚ ਰਕਤਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਪਰ ਬੀਡੀਸੀ ਪ੍ਰਧਾਨ ਸੰਦੀਪ ਕੁਮਾਰੋ ਨੇ ਰਕਤਦਾਨ ਕਰਨ ਵਾਲੇ ਗੀ ਸਰਟੀਫਿਕੇਟ ਵੀ ਵੰਡੇ ਰਕਤਦਾਨ ਕਰਨ ਵਾਲੇ ਚੋ ਨੌਜਵਾਨੇ ਕਨੇ ਮਹਿਲਾ ਵੀ ਸ਼ਾਮਿਲ ਹੀਆਂ ਇਸ ਮੌਕੇ ਪਰ ਬੋਲਦੇ ਹੋਏ ਸੰਦੀਪ ਕੁਮਾਰੋ ਨੇ ਆਖਿਆ आज हमारी टीम जेके ब्लड डोनर एंड वेलफेयर सोसाइटी यहाँ पे अपना तीसवा जो ब्लड डोनेशन कैंप है उसको ऑर्गेनाइज़ कर रहा है आने वाले टाइम में कभी भी कोई ब्लड डोनेशन कोई एक्सीडेंटल केस होगा कोई डिलीवरी केस होगा कोई मिस कैरेज होगा कोई कभी किसी प्रकार की जो ब्लड की रिक्वायरमेंट रहेगी हमारी टीम कोशिश करेगी कि हम लोग जो रिक्वायरमेंट है वो जहाँ पर पे भी पेशेंट है पूरे ऑल ओवर इंडिया में ऑल ओवर वर्ल्ड में हम उसकी रिक्वायरमेंट कम्प्लीट कराने की कोशिश करेंगे ਤਿਆਖੀ ਦੇ ਚ ਖਾਸ ਖਾਸ ਕਪਨੀ ਪੜਤੀ ਹੈ ਕੱਲ ਸ਼ੁਰੂਆਤ ਦੇ ਸੰਸਦ ਦੇ ਸਿਆਲੇ ਵਾਲੇ اجلاس ਕੋਲ ਪਹਿਲੇ ਸਰਕਾਰ ਐਜ ਸਭ ਨੇ ਪਾਰਟੀਆਂ ਦੀ ਇੱਕ ਬੈਠਕ ਸੱਦੀ ਭਾਰਤ ਨੇ ਇੱਕ ਵਰੀ ਪਰਤੀ ਆਖਿਆ ਜआतੰਕਵਾਦ ਦੀ ਤਨਾ ਬਰਦਾਸ਼ ਨਹੀਂ ਕਰਨੇ ਵਾਲੀ ਨੀਤੀ ਅਪਣਾਈਏਗਾ ਇਸੀ ਅਰਾਇਆ ਜਾ ਸਕਦਾ ਡੋਟਚ ਮਾਈ ਟਾਊਨ ਮਾਈ ਪ੍ਰਾਈਡ ਮੀਮ ਦਾ ਸਮਾਪਨ ਮਕਮਾ ਬਜਲੀ ਦੇ ਪ੍ਰਧਾਨ ਸਚੀਵਰੇ ਟਰੱਕ ਅੱਡੇ ਦਾ ਉਦਘਾਟਨ ਕੀਤਾ ਰੁਖਪੂਟੇ ਲਾਣੇ ਦੇ ਅਭਿਆਨ ਦੀ ਸ਼ੁਰੂਆਤ ਕੀਤੀ ਤੇ ਸ਼ਹਿਰੀ ਮਕਾਮੀ ਨਿਕਾਇੰਦੇ ਮੈਂਬਰ ਨੇ ਗੱਲਬਾਤ ਕੀਤੀ ਤੇ ਸਮੂਲ ਚਾਮੋਲ ਖਾਜ ਭਾਰਤ ਰਤਨ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਹੋਰਾਂ ਦੀ ਉਹਦੇ ਮਹਾ ਪਰਿਨਿਰਵਾਨ ਦਿਵਸ ਦੇ ਮੌਕੇ ਪਰ ਚੇਤੇ ਕਰਾਤਾ ਹੈ ਇਹਦੇ ਕੰਨੇ ਗਏ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੋਆ